ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ। ਮੈਂ ਜੀ ਕੁਝ ਸਮਾਨ ਮੰਗਾਇਆ ਸੀਗਾ ਮੀਸ਼ੋ ਤੋਂ, ਜਵੈਲਰੀ ਮੰਗਾਈ ਸੀਗੀ ਵੈਸਟਰਨ, ਤੇ ਮੈਨੂੰ ਲੱਗਦਾ ਇੱਕ ਦੋ ਚੀਜ਼ਾਂ ਹੋਰ ਸੀਗੀਆਂ, ਤੇ ਅੱਧੀਆਂ ਚੀਜ਼ਾਂ ਆ ਗਈਆਂ, ਹਜੇ ਇੱਕ ਦੋ ਲੇਟ ਆਉਣਗੀਆਂ। ਮੈਂ ਸੋਚਿਆ ਕਿ ਉਹ ਸਾਰੀਆਂ ਵੀਡੀਓ ਦੇ ਵਿੱਚ ਮੈਂ ਅਨਪੈਕ ਕਰਾਂ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਰਿਵਿਊ ਦਵਾਂ। ਤੇ ਮੈਂ ਪਹਿਲਾਂ ਦੱਸਦਾ ਜੀ, ਇਹ ਸਪੋਂਸਰ ਵੀਡੀਓ ਨਹੀਂ ਹੈਗੀ, ਤੇ ਆਪਾਂ ਹੁਣ ਸਟਾਰਟ ਕਰਦੇ ਹਾਂਗੇ। ਮੈਨੂੰ ਇਹਨਾਂ ਦੀ ਜਿਹੜੀ ਵਰਾਇਟੀ ਸੀ ਨਾ, ਜਿਹੋ ਜਿਹੀ ਚੀਜ਼ਾਂ ਮੈਨੂੰ ਚਾਹੀਦੀਆਂ ਸੀ, ਆਹ ਮੈਂ ਥੋੜ੍ਹਾ ਜਿਹਾ ਖੋਲ੍ਹ ਕੇ ਮੇਕ ਸ਼ੋਰ ਕੀਤਾ ਸੀ ਵੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਵਿੱਚ, ਸੋ ਤਾਂ ਕਰਕੇ। ਤੇ ਬਾਕੀ ਹੁਣ ਚੰਗੀ ਤਰ੍ਹਾਂ ਤੁਹਾਡੇ ਨਾਲ ਆਪਾਂ ਅਨਪੈਕ ਕਰਦੇ ਹਾਂ ਤੇ ਦੇਖਦੇ ਹਾਂ। ਤੇ ਆਹ ਦੋ ਮੈਂ ਮੰਗਾਏ ਸੀਗੇ। ਅੱਛਾ, ਇਹ ਹੈਗੇ ਨੇ ਨੈਕਲੈਸ, ਇਹ ਜਿੱਦਾਂ ਟੋਪ ਵਗੈਰਾ ਨਾਲ ਪਾਉਣ ਵਾਲੇ ਹੈਗੇ, ਮੈਨੂੰ ਇੱਦਾਂ ਇੰਨੀ ਸੋਹਣੇ ਲੱਗੇ ਸੀਗੇ ਇਹ, ਤੇ ਇੰਨਾ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਪ੍ਰਾਈਸ ਅਫੋਰਡੇਬਲ ਹੁੰਦੀਆਂ ਨੇ ਚੀਜ਼ਾਂ। ਤੁਸੀਂ ਆਹ ਦੇਖੋ, ਬਦਲ ਬਦਲ ਕੇ ਵੀ ਪਾ, ਮੈਨੂੰ ਬਾਹਲਾ ਵਧੀਆ ਲੱਗਿਆ ਆਹ ਬਟਰਫਲਾਈ ਵਾਲਾ, ਇਹ ਵਾਈਟ ਜਾਂ ਬਲੈਕ ਟੋਪ ਤੇ ਪਾਇਆ ਬਹੁਤ ਸੋਹਣਾ ਲੱਗੂਗਾ, ਇਹਦੇ ਵਿੱਚ ਲਵਰ ਲਿਖਿਆ ਹੋਇਆ, ਹੋਰ ਵੀ ਨਾਮ ਵਾਲੇ ਵੀ ਇੱਕ ਆਹਗਾ, ਇਹ ਦੇਖੀਏ। ਇਹਨਾਂ ਦੀ ਕੁਆਲਿਟੀ ਸੋਹਣੀ ਲੱਗ ਰਹੀ ਆ, ਵਧੀਆ ਕੁਆਲਿਟੀ, ਐ ਨਹੀਂ ਹੈਗਾ ਵੀ ਬਾਲੇ ਹਲਕੇ ਜੇ ਨੇ ਇਹ। ਇਹਦੇ ਵਿੱਚ ਜੀ ਆਲੇ ਦੁਆਲੇ ਲੱਗੇ ਹੋਏ ਨੇ ਸਟਾਰਸ, ਤੇ ਨੀਚੇ ਲੋਕ ਆ, ਤੇ ਇੱਕ ਹਾਰਟ ਬਣਿਆ ਹੋਇਆ, ਤੇ ਇੱਕ ਬਟਰਫਲਾਈ ਬਣੀ ਹੋਈ ਹੈ। ਇਹ ਡਬਲ ਲੇਅਰਡ ਆ, ਮਤਲਬ ਪਹਿਲਾਂ ਇੱਕ ਲੇਅਰ ਦੋ ਲੇਅਰ, ਤੇ ਹੁਣ ਥੋੜ੍ਹਾ ਜਿਹਾ ਉਲਝਿਆ ਪਿਆ ਤਾਂ ਕਰਕੇ ਮੈਂ ਇਹ ਰੱਖ ਦਿੰਦੀ ਹੈਗੀ। ਤੇ ਉਸ ਤੋਂ ਬਾਅਦ ਨੈਕਸਟ ਆਈਟਮ ਜਿਹੜੀ ਹੈਗੀ ਆ, ਪੈਕਿੰਗ ਵੀ ਵਧੀਆ ਕੀਤੀ ਹੋਈ ਆ। ਇੱਕ ਨਾ ਮੈਂ ਆਹ ਚੀਜ਼ ਮੰਗਾਈ ਆ, ਇਹ ਨਾ ਮੈਨੂੰ ਸੋਹਣੇ ਲੱਗੇ ਪਰ ਮੈਨੂੰ ਪਤਾ ਨਹੀਂ ਹੈ ਮੈਨੂੰ ਮੈਂ ਰੱਖੂੰਗੀ ਕਿ ਨਹੀਂ ਹੈਗੇ, ਤਾਂ ਇਹਦੇ ਵਿੱਚ ਕਾਫੀ ਜ਼ਿਆਦਾ ਨੇ ਇਹ, ਸ਼ਾਇਦ ਤੁਹਾਨੂੰ ਦਿਖ ਰਹੇ ਹੋਣ। ਆਹ ਇੱਦਾਂ ਦੇ ਨੇ, ਇਹ ਤੁਸੀਂ ਜਿੱਦਾਂ ਤੁਸੀਂ ਏਅਰ ਪੀਅਰਸਿੰਗ ਨਹੀਂ ਕਰਾਈ ਹੋਈ ਤੇ ਤੁਸੀਂ ਤਾਂ ਵੀ ਲਾ ਸਕਦੇ ਹੋਗੇ। ਇੱਕ ਮਿੰਟ ਮੈਂ ਤੁਹਾਨੂੰ ਇੱਕ ਲਾ ਕੇ ਦਿਖਾਉਂਦੀ ਹਾਂ, ਤੁਸੀਂ ਕਿੱਦਾਂ ਵੀ ਲਾ ਸਕਦੇ ਹੋ, ਜਿੱਦਾਂ ਐਂ ਕਰਕੇ ਤੁਸੀਂ ਐਂ ਲਾ ਸਕਦੇ ਹੋ, ਸ਼ਾਇਦ ਤੁਹਾਨੂੰ ਮੇਰੇ ਘਰ ਦਿਖ ਰਹੀ ਹੈ, ਇੱਦਾਂ ਲੱਗ ਜਾਂਦਾ ਇਹ। ਤੇ ਇਹੋ ਜਿਹੇ ਕਾਫੀ ਡਿਜ਼ਾਈਨ ਨੇ ਅਲੱਗ ਅਲੱਗ ਇਹਦੇ ਵਿੱਚ, ਤੇ ਮੈਨੂੰ ਲੱਗਦਾ ਪਤਾ ਨਹੀਂ ਹੁਣ ਮੈਂ ਰੱਖੂੰਗੀ ਕਿ ਨਹੀਂ, ਇਹਨਾਂ ਨਾਲ ਮੈਨੂੰ ਸ਼ਿਓਰ ਨਹੀਂ ਜੋ ਉਹਦੇ ਕਿਹੋ ਜਿਹੇ ਲੱਗ ਰਹੇ ਨੇ। ਵਧੀਆ ਠੀਕ ਲੱਗ ਰਹੇ ਆ, ਸਹੀ ਲੱਗਿਆ। ਤੇ ਸੋ ਜਿਨ੍ਹਾਂ ਨੂੰ ਏਅਰ ਪੀਅਰਸਿੰਗ ਨਹੀਂ ਕਰਾਈ ਹੋਈ ਜਾਂ ਨਹੀਂ ਕਰਾਉਣਾ ਚਾਹੁੰਦੇ, ਉਹ ਇਹੋ ਜਿਹਾ ਕਲਿੱਪ ਔਨ ਮੰਗਾ ਕੇ ਲਗਾ ਸਕਦੇ ਨੇ। ਤੇ ਬਹੁਤ ਸਾਰੇ ਡਿਜ਼ਾਈਨ ਸੀਗੇ, ਇਹ ਤਾਂ ਮੈਨੇ ਇੱਕ ਵੈਸੇ ਹੀ ਸਿਲੈਕਟ ਕਰਕੇ ਮੰਗਾ ਲਿਆ ਸੀ। ਤੇ ਉਸ ਤੋਂ ਬਾਅਦ ਮੈਨੂੰ ਨਾ ਵੈਸਟਰਨ ਜੁਐਲਰੀ ਦੇ ਇਹਨਾਂ ਦੀ ਆਹ ਚੀਜ਼ ਵਧੀਆ ਲੱਗਦੀ ਆ ਕਿ ਤੁਸੀਂ ਜਿੱਦਾਂ ਮੰਗਾ ਲੈਂਦੇ ਹੋ, ਚਾਹੇ ਉਹਨਾਂ ਦਾ ਬਾਅਦ ਵਿੱਚ ਕਲਰ ਚਲਾ ਜਾਵੇ, ਕਿਉਂਕਿ ਉਹਦਾ ਜਿੰਨਾ ਟਾਈਮ ਤੁਸੀਂ ਵੱਧ ਪਾਈ ਜਾਓਗੇ ਉਹਦਾ ਕਲਰ ਜਾਈ ਜਾਂਦਾ, ਫਿਰ ਪ੍ਰਾਈਸ ਵੀ ਤੁਸੀਂ ਦੇਖਣਾ, ਤੁਹਾਨੂੰ ਇੰਨੇ ਘੱਟ ਪ੍ਰਾਈਸ 'ਤੇ ਮਿਲ ਰਹੀਆਂ ਨੇ ਚੀਜ਼ਾਂ, ਅਤੇ ਬੰਦਾ ਬਦਲ ਬਦਲ ਕੇ ਪਾਈ ਜਾਂਦਾ। ਜਿੱਦਾਂ ਹੁਣ ਮੈਂ ਆਹ ਮੰਗਾਇਆ, ਹਾਂ ਆਹ ਮੰਗਾਇਆ ਮੈਨੇ, ਇਹਦੇ ਵਿੱਚ ਕਿੰਨੇ ਸਾਰੇ ਨੇ, ਮੈਂ ਕਿੰਨੇ ਸਾਰੇ ਬਦਲ ਬਦਲ ਕੇ ਪਾ ਸਕਦੀ ਹਾਂ। ਇਹ ਸਾਰੇ ਵੈਸਟਰਨ ਆ ਟੋਪਸ ਨਾਲ, ਇਹਦੇ ਵਿੱਚ ਸਕੁਏਅਰ ਵੀ ਨੇ, ਰਾਊਂਡ ਵੀ ਨੇ, ਅਤੇ ਆਹ ਸਾਰੇ ਗੋਲਡ ਨੇ, ਤੁਸੀਂ ਸਿਲਵਰ ਵੀ ਮੰਗਾ ਸਕਦੇ ਹੋ। ਅਤੇ ਇਹਦੇ ਵਿੱਚ ਦੋ ਪੈਕ ਨੇਗੇ, ਅਤੇ ਇੱਕ ਆਹ ਮੈਂ ਪਹਿਲੀ ਵਾਰ ਦੇਖਿਆ, ਜਿੰਨੇ ਵੀ ਮੈਂ ਅੱਜ ਤੱਕ ਮੰਗਾਇਆ ਸਾਰੇ ਗੋਲਡ ਜਾਂ ਸਿਲਵਰ ਮੰਗਾਇਆ। ਆਹ ਇੱਕ ਯੈਲੋ ਮਸਟਰਡ ਆ, ਐਕਚੁਅਲ ਦੇ ਵਿੱਚ ਯੈਲੋ ਵੀ ਨਹੀਂ ਹੈਗਾ, ਮਸਟਰਡ ਲਾਈਟ ਜਿਹਾ, ਅਤੇ ਇੱਕ ਆਹ ਗ੍ਰੀਨ ਸੀ ਗ੍ਰੀਨ ਜਿਹਾ, ਇਹ ਪਹਿਲੀ ਵਾਰ ਆਏ ਨੇਗੇ ਮੈਨੂੰ। ਮੈਂ ਜਦੋਂ ਸਿਲੈਕਟ ਕੀਤੇ ਸੀ ਮੈਂ ਧਿਆਨ ਨਹੀਂ ਦਿੱਤਾ ਸੀਗਾ ਵੀ ਆਹ ਮਸਟਰਡ ਅਤੇ ਗ੍ਰੀਨ ਨੇ, ਮੈਨੂੰ ਲੱਗਦਾ ਵਧੀਆ ਲੱਗਣਗੇ, ਮੇਰੇ ਕੋਲ ਇਹੋ ਜਿਹਾ ਸਵੈਟਰ ਵੀ ਆ ਅਤੇ ਇਹੋ ਜਿਹਾ ਵੀ ਆ। ਅਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਵਿੱਚ ਮੈਨੂੰ ਸਭ ਤੋਂ ਪਿਆਰੇ ਲੱਗੇ ਉਹ ਆਹ ਲੱਗੇ ਸੀਗੇ, ਆਹ ਮੈਂ ਕੱਲ੍ਹ ਪਾਏ ਵੀ ਸੀਗੇ ਇੱਕ ਵਾਰੀ। ਆਹ ਇਹਨਾਂ ਉੱਤੇ ਵਾਈਟ ਲੱਗੇ ਹੋਏ ਨੇਗੇ ਸਾਰੇ, ਅਤੇ ਸਟੋਨ ਪਿੱਛੋਂ ਇਹ ਓਪਨ ਨੇਗੇ। ਹੁਣ ਆਪਾਂ ਖੋਲ੍ਹਦੇ ਜੀ ਨੈਕਸਟ ਆਈਟਮ। ਮੈਨੂੰ ਇਹ ਚੀਜ਼ਾਂ ਦਾ ਬਾਹਲਾ ਸ਼ੌਂਕ ਹੈ, ਅਤੇ ਮੈਨੂੰ ਐਂ ਹੁੰਦਾ ਵੀ ਚੱਲ ਇੱਥੇ ਆਏ ਹੋਏ ਆ ਇੱਥੇ ਮੈਂ ਲੈ ਜਾਂ, ਕਿਉਂਕਿ ਫਿਰ ਵਾਰ ਵਾਰ ਕਿਹੜਾ ਲਈ ਜਾਂਦੀ ਹੈ। ਮੈਂ ਇਕੱਠੀ ਔਡਰ ਕਰ ਲਈ ਸੀ ਸਾਰੀ ਜੁਐਲਰੀ ਮੰਗਾਈ ਹੈ, ਮੈਨੂੰ ਲੱਗਦਾ ਮੈਂ ਇੰਨੇ ਸਾਰੇ ਏਅਰਿੰਗ, ਕਿਉਂਕਿ ਮੈਨੂੰ ਵਧੀਆ ਪ੍ਰਾਈਸ 'ਤੇ ਮਿਲ ਰਹੀ ਸੀ ਤਾਂ ਕਰਕੇ ਮੈਂ ਇਕੱਠੀ ਮੰਗਾ ਲਏ। ਅਤੇ ਮੈਨੂੰ ਹੂਪ ਵਾਲੇ ਏਅਰਿੰਗਸ ਦਾ ਵੀ ਚਾਅ ਰਹਿੰਦਾ, ਇਹ ਤਾਂ ਸੂਟਸ ਵਗੈਰਾ ਨਾਲ ਵੀ ਪੈ ਜਾਂਦੇ ਨੇਗੇ, ਇਹਦੇ ਵਿੱਚ ਛੋਟੇ ਵੀ ਨੇ ਅਤੇ ਆਹ ਵੱਡੇ ਵੀ ਨੇ, ਜਿੱਦਾਂ ਆਹ ਸੂਟ ਨਾਲ ਪੈ ਸਕਦੇ ਨੇ, ਆਹ ਗੋਲਡ ਵੀ ਪੈ ਸਕਦੇ ਨੇ, ਆਹ ਵੀ ਪੈ ਸਕਦੇ ਨੇ, ਅਤੇ ਉੱਪਰ ਵਾਲੇ ਵੀ ਨੇ, ਅਤੇ ਇਹਨਾਂ ਦੇ ਵਿਚਾਲੇ ਵੀ ਛੋਟੇ ਛੋਟੇ ਨੇ, 9 ਪੀਸ ਨੇ। ਇਹਨਾਂ ਦਾ ਪ੍ਰਾਈਸ ਠੀਕ ਸੀਗਾ, ਮਤਲਬ ਹਜੇ ਮੈਨੂੰ ਯਾਦ ਨਹੀਂ ਹੈਗਾ ਪਰ ਵਧੀਆ ਸੀਗਾ, ਮਤਲਬ ਹੋਣਗੇ 300-400 ਦੇ ਐਵੇਂ 'ਚ ਸੀਗਾ ਕੁਛ। ਇਹਦੇ ਵਿੱਚ ਇੱਕ ਛੋਟੇ ਵੀ ਨੇ ਜੇ ਤੁਸੀਂ ਛੋਟੇ ਪਾਉਣੇ ਆਗੇ, ਸਟੱਡ ਟਾਈਪ ਹੁੰਦੇ ਆ ਜਿਹੜੇ। ਅਤੇ ਇਹਨਾਂ ਦੇ ਵਿੱਚੋਂ ਮੈਨੂੰ ਸਭ ਤੋਂ ਪਸੰਦ ਜਿਹੜਾ ਆਇਆ ਗਾ, ਇਹੋ ਜਿਹੇ ਮੇਰੇ ਕੋਲ ਪਹਿਲਾਂ ਵੀ ਨੇ ਇੱਕ ਹੋਰ ਸੈੱਟ ਦੇ ਵਿੱਚ, ਮੈਨੂੰ ਆਹ ਲੱਗੇ ਜਿਹਦੇ ਉੱਤੇ ਵਾਈਟ ਪਰਲਸ ਲੱਗੇ ਹੋਏ ਨੇਗੇ।
ਤੇ ਕਾਹ ਉੱਪਰੋਂ ਮੈਨੂੰ ਆ ਸੋਹਣੇ ਲੱਗਦੇ ਆਗੇ ਤੇ ਜਿਹੜੇ ਆ ਮੋਟੇ ਮੋਟੇ ਆ ਗੋਲਡ ਕਲਰ ਦੇ ਤੇ ਉਸ ਤੋਂ ਬਾਅਦ ਨੈਕਸਟ ਆਈਟਮ ਜਿਹੜੀ ਹੈਗੀ ਆ ਇਹਦੇ ਵਿੱਚ ਪਤਾ ਨਹੀਂ ਕੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਉਹ ਸੀਗਾ ਨਾ ਤੇ ਇੱਕ ਆ ਸੱਚ ਮੈਂ ਤੁਹਾਨੂੰ ਹੋਰ ਨਵੀਂ ਆਈਟਮ ਦਿਖਾਵਾਂ ਮੈਨੂੰ ਮੈਂ ਨਾ ਆਪਦੇ ਬੈੱਡ ਦੇ ਵਿੱਚ ਜਦੋਂ ਜਾਂਦੇ ਹੁੰਦੇ ਅਸੀਂ ਸੂਟ ਰੱਖ ਜਾਂਦੀ ਹੁੰਦੀ ਹਾਂ ਕਿ ਮੈਂ ਤੇ ਮੈਂ ਨਾ ਉੱਥੇ ਅੰਗਦ ਦੇ ਕੱਪੜੇ ਕੈਨੇਡਾ ਜਿਹੜੇ ਛੋਟੇ ਹੋਈ ਜਾਂਦੇ ਸੀ ਮੈਨੇ ਇੱਕ ਵੱਡੇ ਵੱਡੇ ਬੈਗ ਮੰਗਾਏ ਹੋਏ ਸੀ ਪੈਟ ਪੈਟ ਤੋਂ ਜਿੱਪ ਲੱਗਦੀ ਸੀ ਤੁਸੀਂ ਜਿੰਨੇ ਮਰਜ਼ੀ ਪਾ ਕੇ ਉਹ ਉਨਾ ਹੀ ਖੁੱਲ ਜਾਂਦਾ ਸੀਗਾ ਤੇ ਜਿੱਪ ਲਾ ਕੇ ਰੱਖ ਦਿੰਦੀ ਸੀ ਸਾਰੇ ਤੇ ਉਵੇਂ ਮੈਂ ਇੱਥੇ ਮੰਗਾਏ ਫੋਟੋ ਦੇ ਵਿੱਚ ਮੈਨੂੰ ਇਹਨਾਂ ਦਾ ਸਾਈਜ਼ ਵੱਡਾ ਲੱਗਿਆ ਸੀਗਾ ਤਿੰਨ ਪੈਕ ਨੇ ਵੀ ਜਿੱਦਾਂ ਮੈਂ ਅਸੀਂ ਜਾਂਦੇ ਹੁੰਦੇ ਹਾਂ ਇੱਥੋਂ ਹਨਾ ਤਾਂ ਮੈਂ ਸਾਰੇ ਸੂਟ ਵਗੈਰਾ ਬੈੱਡ ਦੇ ਵਿੱਚ ਰੱਖ ਜਾਂਦੀ ਹਾਂ ਉਹ ਐਵੇਂ ਰੱਖ ਕੇ ਜਾਂਦੀ ਹਾਂ ਹੁਣ ਮੈਂ ਇਹਦੇ ਵਿੱਚ ਪੈਕ ਕਰਕੇ ਤੇ ਜਿੱਪ ਲਗਾ ਕੇ ਰੱਖ ਕੇ ਜਾ ਸਕਦੀ ਹਾਂ ਜਿੱਦਾਂ ਔਰ ਇਹਨਾਂ ਦਾ ਸਾਈਜ਼ ਜਦੋਂ ਐਕਚੁਅਲ ਦੇ ਵਿੱਚ ਆਇਆ ਮੈਂ ਆਨੈਸਟ ਰਿਵਿਊ ਦੇ ਰਹੀ ਹਾਂ ਥੋੜ੍ਹਾ ਜਿਹਾ ਛੋਟਾ ਫੋਟੋ ਦੇ ਵਿੱਚ ਮੈਨੂੰ ਵੱਡੇ ਲੱਗੇ ਸੀਗੇ ਤੇ ਇਹਦੇ ਵਿੱਚ ਜੇ ਤੁਸੀਂ ਚੁੰਨੀ ਵਗੈਰਾ ਦੇ ਨਾਲ ਪਾਉਣਾ ਤਾਂ ਮੈਨੂੰ ਲੱਗਦਾ ਦੋ ਤਿੰਨ ਚਾਰ ਸੂਟ ਤਾਂ ਪਈ ਜਾਣਗੇ ਖੁੱਲ੍ਹੇ ਖੁੱਲ੍ਹੇ ਜੇ ਤੁਸੀਂ ਸਾਰੀਆਂ ਚੁੰਨੀਆਂ ਵੀ ਪਾਉਣੀਆਂ ਨੇ ਫਿਰ ਸ਼ਾਇਦ ਤਿੰਨ ਆ ਜਾਣਗੇ ਚੁੰਨੀ ਤੋਂ ਬਿਨਾਂ ਤਾਂ ਚਾਰ ਆ ਜਾਣਗੇ ਆਰਾਮ ਨਾਲ ਸੋ ਮੈਨੂੰ ਇਹ ਵਧੀਆ ਚੀਜ਼ ਲੱਗੀ ਤੇ ਇੱਧਰੋਂ ਟਰਾਂਸਪੇਰੈਂਟ ਆ ਤੇ ਇਹਦੇ ਵਿੱਚ ਤਿੰਨ ਨੇਗੇ ਤੇ ਮੈਨੂੰ ਤਾਂ ਲੱਗਦਾ ਤਿੰਨਾਂ ਦਾ ਸਾਈਜ਼ ਹੀ ਸੇਮ ਆ ਹਾਂ ਤਿੰਨਾਂ ਦਾ ਸਾਈਜ਼ ਆਏਗਾ ਜੀ ਸੇਮ ਹੋਰ ਵੀ ਬਹੁਤ ਸਾਰੇ ਕਲਰ ਸੀਗੇ ਅਵੇਲੇਬਲ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਤੇ ਹੋਰ ਕਿਹੜੀ ਆਈਟਮ ਰਹੇਗੀ ਤੇ ਮੈਨੂੰ ਇਹਦੇ ਵਿੱਚੋਂ ਆਈ ਥਿੰਕ ਸਾਰਾ ਕੁਝ ਹੋ ਹੀ ਗਿਆ ਇੰਨੀਆਂ ਕੀ ਆਈਟਮਸ ਆਈਆਂ ਨੇ ਹਜੇ ਤੱਕ ਤਾਂ ਇਹਦੇ ਵਿੱਚ ਤਾਂ ਕੁਛ ਨਹੀਂ ਜੀ ਤੇ ਉਸ ਤੋਂ ਬਾਅਦ ਮੈਨੂੰ ਜਿੰਨੀਆਂ ਵੀ ਆਈਟਮਸ ਆਈਆਂ ਸਾਰੀਆਂ ਦੀਆਂ ਚੀਜ਼ਾਂ ਕੁਆਲਿਟੀ ਵਧੀਆ ਲੱਗੀ ਤੇ ਸਾਰਾ ਦਾ ਸਾਰਾ ਕੁਝ ਵਧੀਆ ਲੱਗਿਆ ਪਰ ਬਸ ਮੈਨੂੰ ਇਹਦਾ ਇੱਕ ਸਾਈਜ਼ ਛੋਟਾ ਲੱਗਿਆ ਇਹਦੀ ਵੀ ਕੁਆਲਿਟੀ ਬਹੁਤ ਵਧੀਆ ਹੈਗੀ ਐ ਨਹੀਂ ਹੈਗਾ ਵੀ ਬਹੁਤ ਹੀ ਪਤਲੇ ਜੇ ਨੇਗੇ ਜਾਂ ਫਿਰ ਮਤਲਬ ਜਿਹੜਾ ਭਾਰ ਆਪਾਂ ਪਾਵਾਂਗੇ ਉਹ ਸਹਾਰ ਨਹੀਂ ਸਕਣਗੇ ਵਧੀਆ ਉਹ ਕਰਨਗੇ ਕੈਰੀ ਤੇ ਉਸ ਤੋਂ ਬਾਅਦ ਸਭ ਤੋਂ ਸੋਹਣੀ ਮੈਨੂੰ ਨੈਕਲੈਸ ਦੇ ਵਿੱਚ ਆ ਲੱਗੀ ਇੰਨੀ ਵਧੀਆ ਨਾਲੇ ਐ ਨਹੀਂ ਹੈਗਾ ਵੀ ਇੰਨੀ ਹਲਕੀ ਆ ਬਾਹਲੀ ਵਧੀਆ ਲੱਗੀ ਮੈਨੂੰ ਇਹਦੇ ਵਿੱਚ ਪਿੰਕ ਕਲਰ ਦੀ ਬਟਰਫਲਾਈ ਆ ਮੈਨੂੰ ਲੱਗਦਾ ਪਾਈ ਹੋਈ ਵੀ ਇਹ ਬਹੁਤ ਸੋਹਣੀ ਲੱਗੂਗੀ ਤੇ ਸਭ ਤੋਂ ਪਿਆਰੀ ਇਹ ਲੱਗੀ ਤੇ ਜਿਹੜੇ ਏਅਰਿੰਗ ਨੇ ਉਹਨਾਂ ਦੇ ਵਿੱਚ ਸਭ ਤੋਂ ਵਧੀਆ ਮੈਨੂੰ ਆਲਾ ਸੈੱਟ ਲੱਗਿਆ ਕਿਉਂਕਿ ਇਹਦੇ ਵਿੱਚ ਅਲੱਗ ਦੇ ਦੋ ਕਲਰ ਦੇ ਹੋਰ ਵੀ ਸੀਗੇ ਏਅਰਿੰਗ ਤਾਂ ਕਰਕੇ ਤੇ ਆਈ ਹੋਪ ਜੀ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਸੀਂ ਵੀ ਇਹੋ ਜਿਹਾ ਕੁਛ ਮੰਗਾਉਣਾ ਚਾਹੁੰਦੇ ਹੋ ਤਾਂ ਇੱਥੇ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਜਿੰਨਾ ਤੁਸੀਂ ਪ੍ਰਾਈਸ ਆਪਦਾ ਬਜਟ ਅਪ ਕਰੋਗੇ ਤਾਂ ਉਨੀ ਤੁਹਾਨੂੰ ਜ਼ਿਆਦਾ ਵਧੀਆ ਕੁਆਲਿਟੀ ਮਿਲੂਗੀ ਬਾਕੀ ਸਾਰੇ ਜਾਣੇ ਆਪਦੇ ਹਿਸਾਬ ਦੇ ਨਾਲ ਆਪਦੇ ਬਜਟ ਦੇ ਹਿਸਾਬ ਨਾਲ ਆਰਡਰ ਕਰਦਾ ਜੀ ਮੈਂ ਤਾਂ ਜੀ ਬਸ ਸ਼ੇਅਰ ਕਰਨਾ ਚਾਹੁੰਦੀ ਸੀ ਤਾਂ ਕਿ ਹੋਰ ਜਾਣਿਆਂ ਨੂੰ ਵੀ ਪਤਾ ਲੱਗੇ ਜੇ ਕਿਸੇ ਨੇ ਮੰਗਵਾਉਣਾ ਅਗਲਾ ਮੰਗਵਾ ਸਕਦਾ ਹੈਗਾ ਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ ਬਾਏ ਬਾਏ